ਜਿਨ੍ਹਾਂ ਲੋਕਾਂ ਨੇ ਦੂਸਰਿਆਂ ਦੇ ਲਈ ਕੰਮ ਕੀਤਾ ਹੋਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਦੂਸਰਿਆਂ ਦੇ ਲਈ ਨਿਸ਼ਾਵਰ ਕਰ ਦਿੱਤਾ ਹੋਵੇ ਅਸੀਂ ਕਈ ਵਾਰੀ ਉਹਨਾਂ ਨੂੰ ਮਾਨਤਾ ਦੇਣ ਦੇ ਵਿੱਚ ਬਹੁਤ ਪਿੱਛੇ ਰਹਿ ਜਾਂਦੇ ਹਾਂ ਹਿਚਕਚਾਉਂਦੇ ਡੇਨੀਅਲ ਕਾਰਨਲ ਕੌਣ ਹੈ ਉਹਨੇ ਪੰਜਾਬੀਆਂ ਲਈ ਸਿੱਖਾਂ ਲਈ ਭਾਰਤੀਆਂ ਲਈ ਜਾਂ ਦੂਸਰੇ ਵਿਅਕਤੀਆਂ ਦੇ ਲਈ ਕੀ ਕੀਤਾ ਅਸੀਂ ਨਾ ਸ਼ੁਕਰੇ ਲੋਕ ਸਾਡੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੂੰ ਇਸ ਇਨਸਾਨ ਇਸ ਖਜ਼ਾਨੇ ਦਾ ਪਤਾ ਹੀ ਤੱਕ ਨਹੀਂ ਹੈਗਾ ਗੁਰੂਤਘ ਬਹਾਦਰ ਲੁਕਟ ਆਫਟਰ ਅਨਦਰ ਕਮਿਊਨਿਟੀ ਸੋ ਆਈ ਥੋਟ that's such a great example if every community took on looking after another community then the world will be in peace ਬਹੁਤ ਵੱਡੀ ਸਮੱਸਿਆ ਹੁੰਦੀ ਆ ਬੱਚੇ ਆਉਂਦੇ ਆ ਜਾਂ ਨਵੇਂ ਬੰਦੇ ਆਉਂਦੇ ਆ ਉਹਨਾਂ ਨੂੰ ਕਈ ਵਾਰ ਆਮ ਤੌਰ ਤੇ ਲੋਕ ਚੰਗੇ ਨੇ ਕਾਰੋਬਾਰਾਂ ਦੇ ਮਾਲਕ ਚੰਗੇ ਨੇ ਉਹ ਤਾਂ ਬੱਚਿਆਂ ਵਾਂਗੂ ਬੱਚਿਆਂ ਨੂੰ ਰੱਖਦੇ ਆ ਪਰ ਕਈ ਵਾਰੀ ਕੋਈ ਹੁੰਦਾ ਮਨ ਦੇ ਵਿੱਚ ਜਿਹਦੇ ਕੁਝ ਗੰਡ ਗੰਡ ਵਾਜ ਜਾਂਦੀ ਆ ਕਿ ਰੁਪਈਏ ਤੇਲੇ ਘੱਟ ਦੇਣੇ ਆ ਕੰਮ ਕਰਾ ਕੇ ਪੈਸੇ ਨਹੀਂ ਦੇਣੇ ਉੱਥੇ ਵੀ ਡੈਨੀਅਲ ਖੜਦਾ ਰਿਹਾ ਬਹੁਤ ਖੜਦਾ ਰਿਹਾ ਜੀ ਮੈਨੂੰ ਇੱਕ ਦਿਨ ਫੋਨ ਆਉਂਦਾ ਜਦੋਂ ਤੱਕ ਜਦੋਂ ਮੈਨੂੰ ਡੈਨੀਅਲ ਦਾ ਫੋਨ ਆਉਂਦਾ ਜੀ ਉਹ ਇਦਾਂ ਦੇ ਟੌਪਿਕ ਲੈ ਜਾਂਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਤੱਕ ਮੈਨੂੰ ਤੇ ਪ੍ਰਦੀਪ ਨੂੰ ਇਸ ਇੰਦਾਨ ਨੇ ਆਪਦੇ ਲਈ ਕੁਝ ਮੰਗਿਆ ਜੀ ਮੰਗਿਆ ਤਾਂ ਸਾਡੇ ਸਾਡਿਆਂ ਲਈ ਮੰਗਿਆ ਆਈ ਲਾਈਕ ਟੂ ਡਰਾ ਦਾ ਔਰਡੀਨਰੀ ਪਰਸਨ ਲਾਈਕ দ্য ਡਰਾਈਵਰਸ ਔਰ ਦਾ ਟੈਕਸੀ ਡਰਾਈਵਰਸ ਔਰ ਦਾ ਫਾਰਮ whoever comes across because i think that is also the message of sikhi that is noticing the ordinary person ਮਹੀਨਿਆਂ ਬੱਧੀ ਪੰਜਾਬ ਦੇ ਵਿੱਚ ਰਹੇ ਤੇ ਉੱਥੇ ਜਾ ਕੇ ਉੱਥੋਂ ਦੇ ਸੱਭਿਆਚਾਰ ਨੂੰ ਸਿੱਖੀ ਦੇ ਸਿਧਾਂਤਾਂ ਨੂੰ ਪ੍ਰੈਕਟੀਕਲੀ ਜਿਹੜਾ ਉਹ ਸਮਝ ਕੇ ਅਗਲੇ ਪਾਸੇ ਨੂੰ ਬਦਲਣ ਦੀ ਜਿਹੜੀ ਕੋਸ਼ਿਸ਼ ਕੀਤੀ ਵੀ ਇਹ ਲੋਕ ਅਲੱਗ ਦਿਖਦੇ ਆ ਹਾਂ ਦਸਤਾਰ ਬਨ ਕੇ ਹਾਂਜੀ ਸਾਨੂੰ ਲੋਕ ਲਦੇਨ ਤੱਕ ਕਹਿੰਦੇ ਆ ਇੱਕ ਤਾਂ ਮੈਂ ੜੀੜ ਕੱਲਾ ਘਹਿਰਾ ਆਵਾਂ ਆ ਇਸ ਘਰ ਦੇ ਦਰਵਾਜੇ ਹਮੇਸ਼ਾ ਖੁੱਲੇ ਹੁੰਦੇ ਕੋਈ ਕੁਐਸਚਨ ਨੋ ਕੁਐਸਚਨ ਆਉਂਦਾ ਇਦਾਂ ਦੇ ਹੀਰੇ ਸਾਹਮਣੇ ਦੀ ਲੋੜ ਹੈ ਇਹ ਹੀਰੇ ਲੋਕ ਨੇ ਜਿਨ੍ਹਾਂ ਦੀ ਵਿੱਚ ਨਿਜਨੀ ਹੈ ਜਿਹੜੇ ਲੋਕ ਲਾਲਚੀ ਨਹੀਂ ਹੈ ਜਿਹੜੇ ਲੋਕ ਸਵਾਰਥੀ ਨਹੀਂ ਹੈ ਪਰ ਪ੍ਰੋਬਲਮ ਇਹ ਹੈ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਸਾਡੇ ਲਈ ਇਸ ਬੰਦੇ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਇੱਕ ਐਸੀ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਜਿਸ ਸ਼ਖਸ ਨੇ ਜਿਸ ਸ਼ਖਸੀਅਤ ਨੇ ਜਿਸ ਵਿਅਕਤੀ ਨੇ ਗੈਰ ਪੰਜਾਬੀ ਗੈਰ ਭਾਰਤੀ ਗੈਰ ਸਿੱਖ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਲਈ ਬਿਹਤਰੀਨ ਕੰਮ ਕੀਤਾ ਅਸੀਂ ਕਈ ਵਾਰੀ ਵੱਟ ਬੰਨਿਆਂ ਦੀ ਲੜਾਈ ਦੇ ਵਿੱਚ ਪੈ ਰਹੇ ਨੇ ਅਸੀਂ ਕਈ ਵਾਰੀ ਆਪਣੇ ਹਉਮੈ ਆਪਣੇ ਹੰਕਾਰ ਦੀ ਲੜਾਈ ਦੇ ਵਿੱਚ ਪਏ ਰਹਿੰਨੇ ਆ ਪਰ ਜਿਨ੍ਹਾਂ ਲੋਕਾਂ ਨੇ ਦੂਸਰਿਆਂ ਦੇ ਲਈ ਕੰਮ ਕੀਤਾ ਹੋਵੇ ਜਿਹੜੇ ਨਿੱਜ ਤੋਂ ਪਰਵਲ ਤੁਰ ਚੁੱਕੇ ਹੋਣ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਦੂਸਰਿਆਂ ਦੇ ਲਈ ਨਿਸ਼ਾਵਰ ਕਰ ਦਿੱਤਾ ਹੋਵੇ ਅਸੀਂ ਕਈ ਵਾਰੀ ਉਹਨਾਂ ਨੂੰ ਮਾਨਤਾ ਦੇਣ ਦੇ ਵਿੱਚ ਬਹੁਤ ਪਿੱਛੇ ਰਹਿ ਜਾਂਦੇ ਆ ਹਿਚਕਚਾਉਂਦੇ ਆ ਭਾਰਤੀਆਂ ਲਈ ਪੰਜਾਬੀਆਂ ਲਈ ਸਿੱਖਾਂ ਲਈ ਜਾਂ ਪਾਇਆ ਕਹ ਲਈਏ ਕਿ ਦੂਸਰੇ ਹਰ ਇੱਕ ਉਸ ਵਿਅਕਤੀ ਦੇ ਲਈ ਜਿਹਨੂੰ ਕਿਸੇ ਵੀ ਕਿਸਮ ਦੀ ਕਦੇ ਲੋੜ ਹੁੰਦੀ ਹੈ ਉਹਦੇ ਲਈ ਅੱਗੇ ਆਉਣ ਵਾਲਾ ਇੱਕ ਵਿਅਕਤੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਵਿੱਚ ਰਹਿੰਦਾ ਡੇਨੀਅਲ ਕਾਰਨਲ ਡੇਨੀਅਲ ਕਾਰਨਲ ਗੈਰ ਭਾਰਤੀ ਹੈ ਗੈਰ ਪੰਜਾਬੀ ਹੈ ਗੈਰ ਸਿੱਖ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਗੱਲਬਾਤ ਕਰਦਾ ਹੈ ਅਧਿਆਪਕ ਹੈ ਟੀਚਰ ਹੈ ਆਰਟਿਸਟ ਹੈ ਪੇਂਟਰ ਹੈ ਤੇ ਉਸ ਅਧਿਆਪਕ ਤੇ ਉਸ ਪੇਂਟਰ ਦੀ ਅੱਖ ਨੇ ਜਦੋਂ ਵੇਖਿਆ ਕਿ ਭਾਈ ਸਿੱਖੀ ਦੇ ਸਿਧਾਂਤ ਬੜੇ ਅਹਿਮ ਨੇ ਉਹਦੇ ਵਿੱਚ ਨਿੱਜ ਤੋਂ ਪਰਵਲ ਜਾਣ ਦੀ ਜਿਹੜੀ ਇੱਕ ਤਾਕਤ ਸਾਨੂੰ ਬਖਸ਼ੀ ਗਈ ਹੈ ਤੇ ਉਸਨੇ ਜ਼ਿੰਦਗੀ ਦਾ ਆਪਣਾ ਪਿਛਲਾ ਤਕਰੀਬਨ ਡੇਢ ਦਹਾਕਾ ਜਿਹੜਾ ਇਸ ਗੱਲ ਦੇ ਲਈ ਜਿਹੜਾ ਉਲਾਦ ਦਿੱਤਾ ਤੇ ਅੱਜ ਡੈਨੀਅਲ ਕੋਰਨਲ ਕੌਣ ਹੈ ਉਹਨੇ ਪੰਜਾਬੀਆਂ ਲਈ ਸਿੱਖਾਂ ਲਈ ਭਾਰਤੀਆਂ ਲਈ ਜਾਂ ਦੂਸਰੇ ਵਿਅਕਤੀਆਂ ਦੇ ਲਈ ਕੀ ਕੀਤਾ ਅਸੀਂ ਉਹਦੇ ਹੀ ਘਰ ਦੇ ਵਿੱਚ ਜਿੱਥੇ ਬੈਠ ਕੇ ਉਹ ਆਪਣੀ ਪੇਂਟਿੰਗ ਕਰਦਾ ਹੈ ਜਿੱਥੇ ਬੈਠ ਕੇ ਆਪਣੀ ਕਲਾ ਦੇ ਨਾਲ ਉਸ ਸਮਾਜ ਨੂੰ ਇੱਕ ਹੋਣ ਦਾ ਹੌਕਾ ਦਿੰਦਾ ਹੈ ਅੱਜ ਅਸੀਂ ਉੱਥੇ ਬੈਠ ਕੇ ਗੱਲਬਾਤ ਜਿਹੜੀ ਉਹ ਕਰਨੀ ਹੈ ਕਿਉਂਕਿ ਮੇਰੀ ਜਾਣ ਪਹਿਚਾਨ ਡੈਨੀਅਲ ਕੋਰਨਲ ਦੇ ਨਾਲ ਅੱਜ ਹੋਈ ਹੈ ਮੈਂ ਸਿਰਫ ਉਹਨਾਂ ਨੂੰ ਅੱਜ ਮਿਲਿਆ ਪਰ ਨਵਜੋਤ ਸਿੰਘ ਕੈਲੇ ਸਾਹਿਬ ਤੇ ਉਹਨਾਂ ਦੇ ਸਾਥੀ ਪਿਛਲੇ ਡੇਢ ਦਹਾਕੇ ਤੋਂ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਨੇ ਸੋ ਅੱਜ ਇੱਕ ਐਸੀ ਸ਼ਖਸੀਅਤ ਜਿਨੇ ਪੰਜਾਬੀਆਂ ਭਾਰਤੀਆਂ ਤੇ ਖਾਸ ਤੌਰ ਦੇ ਉੱਤੇ ਸਿੱਖਾਂ ਦੇ ਲਈ ਗੈਰ ਸਿੱਖ ਹੋਣ ਦੇ ਬਾਵਜੂਦ ਵੀ ਗੋਲਣ ਜੋਗ ਅਹਿਮ ਕੰਮ ਕੀਤਾ ਉਹਨਾਂ ਦੇ ਬਾਰੇ ਜਾਣਦੇ ਹਾਂ ਨਵਜੋਤ ਪਾਜੀ ਕੀ ਹਾਲ ਚਾਲ ਨੇ ਸਸ਼ਕਲਵਰਤ ਸਰ ਬਹੁਤ ਵਧੀਆ ਜੀ ਡੈਨੀਅਲ ਕੋਰਨਲ ਨੂੰ ਪੰਜਾਬੀ ਨਹੀਂ ਆਉਂਦੀ ਸਰ ਪੰਜਾਬੀ ਦੇ ਕੁਝ ਸ਼ਬਦ ਆਉਂਦੇ ਆ ਹਾਂਜੀ ਹਿੰਦੀ ਨਹੀਂ ਆਉਂਦੀ ਹਿੰਦੀ ਦੇ ਕੁਝ ਸ਼ਬਦ ਆਉਂਦੇ ਆ ਹਾਂਜੀ ਉਹ ਬੰਦਾ ਡਾਲਰਾਂ ਦੇ ਦੇਸ਼ ਆਸਟ੍ਰੇਲੀਆ ਦੇ ਐਡੀਲੇਡ ਦੇ ਵਿੱਚ ਰਹਿੰਦਾ ਹਾਂਜੀ ਪੀ ਐਚ ਡੀ ਉਹਨੇ ਕੀਤੀ ਹੋਈ ਹੈ ਹਾਂਜੀ ਅਧਿਆਪਕ ਹੈ ਬਿਲਕੁਲ ਤੇ ਕਲਾਕਾਰ ਹੈ ਹਾਂਜੀ ਪਰ ਜਿਵੇਂ ਆਪਣੇ ਪਿੱਛੇ ਇੱਕ ਪੇਂਟਿੰਗ ਉਹਦੀ ਲੱਗੀ ਹੋਈ ਹੈ ਕਿ ਉਹਨੇ ਇੱਕ ਸਿੱਖ ਨੌਜਵਾਨ ਦੀ ਪੇਂਟਿੰਗ ਬਣਾਈ ਤੇ ਸੈਂਕੜੇ ਹਾਂਜੀ ਆਮ ਸਿੱਖ ਸਧਾਰਨ ਸਿੱਖ ਹਾਂਜੀ ਜਿਹੜਾ ਕਿ ਹੈਂਡ ਟੂ ਮਾਉਥ ਹੈ ਜਿਹੜਾ ਖੇਤੀ ਕਰਦਾ ਟੈਕਸੀ ਚਲਾਉਂਦਾ ਕਿਰਤ ਕਰਦਾ ਹਾਂਜੀ ਹੁਣ ਡੈਨੀਅਲ ਕਾਰਨਲ ਦੇ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ ਉਹਦਾ ਪੰਜਾਬੀ ਸਿੱਖ ਭਾਈਚਾਰੇ ਦੇ ਲਈ ਕਿੰਨਾ ਕੁ ਕੰਮ ਹੈ ਇਧਰਲੇ ਪਾਸੇ ਨੂੰ ਜਿੰਨੀ ਕੁ ਤੁਹਾਨੂੰ ਜਾਣਕਾਰੀ ਹੈ ਕਿ ਉਹ ਦੀ ਰੁਚੀ ਕਿਉਂ ਬਧੀ ਵਾਟਸਐਪ ਮੇਰੀ ਡੈਨੀਅਲ ਕਾਰਨਲ ਦੇ ਨਾਲ ਜਿਹੜੀ ਇੰਟਰੋਡਕਸ਼ਨ ਹੋਈ ਉਹ 2010 ਵਿੱਚ ਹੋਈ ਠੀਕ ਹੈ ਮੇਰੇ ਚੰਗੇ ਭਾਗ ਮਬੇਰਜਗਰ ਹੋਇਆ ਮੈਂ ਐਡਿਲੇਡਾ ਆ ਸ਼ਹਿਰ ਮੇਰਾ ਬਹੁਤ ਪਰਮ ਮਿੱਤਰਾ प्रदीप ਗਿੱਲ ਪਿੰਡ ਕਬੱਦੀ ਤੋਂ ਸਾਡੇ ਪਿੰਡ ਲੱਗ ਗਏ ਨੇ ਉਦੋਂ ਦਾ ਡੈਨੀਅਲ ਗਾਉਨ ਨਾਲ ਪਿੰਡ ਕੁਵਦੀ ਜਾਇਆ ਸੀ ਪੰਜਾਬ ਹਾਂਜੀ ਕਈ ਵਾਰ ਠੀਕ ਹੈ ਤੇ ਉਹ ਵੀ ਜਿਹੜੇ ਉਹ ਪ੍ਰਦੀਪ ਹੁਣੀ ਨੇ ਜਿਹੜੇ ਛੋਟੇ ਵੀਰ ਨੇ ਮੇਰੇ ਸਾਰੇ ਉਹ ਇੱਕ ਚੰਗਾ ਗਰੁੱਪ ਆ ਕੀਰਤਿਆਂ ਦਾ ਗਰੁੱਪਾ ਤੇ ਡੈਨੀਅਲ ਦਾ ਸਿੱਧਾ ਹੀ ਸਦਾਤਾ ਜੀ ਕਿਰਤ ਕਰੋ ਤੇ ਜਿਹੜੇ ਲੋਕ ਕਿਰਤ ਕਰਦੇ ਆ ਉਹਨਾਂ ਨੂੰ ਸਬਜੈਕਟ ਬਣਾ ਕੇ ਅੱਗੇ ਰੱਖ ਕੇ ਸਬਜੈਕਟ ਮਤਲਬ ਉਹਦੀ ਪੇਂਟਿੰਗ ਦਾ ਵਿਸ਼ਾ ਚਿਹਰਾ ਬਣਾ ਕੇ ਜਾ ਬਿਸ਼ਾ ਬਣਾ ਕੇ ਉਹਨਾਂ ਨੂੰ ਪੇਂਟ ਕਰਦਾ ਫਿਰ ਅਣਗਿਣਤ ਮਸਲੇ ਨੇ ਜਿਹੜੇ ਮੇਰੇ ਜੀਨ ਚ ਚੱਲਦੇ ਜਦੋਂ ਡਾਕਟਰ ਡੇਨੀਅਲ ਕਮਲ ਦੀ ਗੱਲ ਚੱਲਦੀ ਹੈ ਮੈਂ ਇਹਨੂੰ ਨੌਕਰੀ ਛੱਡ ਦੇ ਵੀ ਦੇਖਿਆ ਟੀਚਿੰਗ ਦੀ ਹੂੰ ਹੂੰ ਤਿੰਨ ਸਾਲ ਇੰਡੀਆ ਚ ਵੀ ਰਹਾ ਚੁੱਗੀਆਂ ਚੌਪੜੀਆਂ ਦੇ ਜਵਾਕਾਂ ਨੂੰ ਪੜਾਉਂਦੇ ਦੇਖਿਆ ਥਰੂ ਪੇਂਟਿੰਗ ਕੋਧ ਦੇ ਪਿੰਡ ਦੀਆਂ ਕੰਧਾਂ ਆਮ ਉੱਥੋਂ ਦੇ ਕਿਰਤੀਆਂ ਨਾਲ ਪੇਂਟ ਕਰਦੇ ਹੋਏ ਦੇਖਿਆ ਚੁੱਲਿਆਂ ਤੇ ਰੋਟੀ ਖਾਂਦਾ ਦੇਖਿਆ ਮੈਨੂੰ ਕਦੇ-ਕਦੇ ਤਾਂ ਇਹ ਵੀ ਲੱਗਦਾ ਹੁੰਦਾ ਵੀ ਉਹਨਾਂ ਕਲਚਰਸ ਹਨ ਉਹਨਾਂ ਨੂੰ ਨਹੀਂ ਪਤਾ ਜਿੰਨਾ ਡੈਨੀਅਲ ਨੂੰ ਸਾਡੇ ਬਾਰੇ ਪਤਾ ਠੀਕ ਹੈ ਜਦੋਂ ਵੀ ਕੋਈ ਮਸਲਾ ਹੋਣਾ ਆ ਜਿਹੜੇ ਆਪਾਂ ਘਰ 'ਚ ਬੈਠੇ ਆਏ ਕਿਰਾਏ ਦਾ ਘਰ ਹੈ ਜੀ ਡੈਨੀਅਲ ਦਾ ਆਪਣਾ ਘਰ ਨਹੀਂ ਆਪਣਾ ਘਰ ਤਾਂ ਜੀ ਹੁਣ ਦੱਸਦੇ ਨਹੀਂ ਹੈਗੇ ਮੈਨੂੰ ਲੱਗਦਾ ਸੀ ਕਰਨ ਦਾ ਕੋਈ ਠੀਕ ਹੈ ਉਹ ਵੀ ਇਦਾਂ ਹੀ ਕੈਦੋ ਵੀ ਦਾ ਸੰਬੰਧ ਜੀ ਘਟਦਾ। ਕਾਫੀ ਚੰਗੀ ਜਗ੍ਹਾ ਤੇ ਸੀ ਨੌਕਰੀ ਵੀ ਛੱਡਦੀ। ਡੈਨੀਅਲ ਜਦੋਂ ਪਹਿਲੀ ਵਾਰੀ ਮੈਨੂੰ ਮਿਲਿਆ ਮੈਨੂੰ ਯਾਦ ਆ। ਮੈਨੂੰ ਪਹਿਲਾ ਕੁਐਸਚਨ ਨਹੀਂ ਪੁੱਛਿਆ। ਤੈਨੂੰ ਅਸੀਂ ਕਿਉਂ ਚੰਗੇ ਲੱਗਦੇ ਆ ਸਾਡੇ ਤਾਂ ਬਾਹਣੀਆਂ ਕਮੀਆਂ ਨੇ। ਹੂੰ ਹੂੰ। ਕਹਿੰਦਾ ਜਿਹੜੇ ਮੈਨੂੰ ਪਹਿਲੇ ਦੋ ਸਿੱਖ ਮਿਲੇ ਸੀ। ਉਹਨਾਂ ਨੇ ਜਦੋਂ ਮੈਨੂੰ ਸਿੱਖੀ ਦੇ ਨਾਲ ਇੰਟਰੋਡਿਊਸ ਕਰਾਇਆ ਸਾਡੇ ਗੁਰਤੇਗ ਬਾਦਨ ਨੇ। ਉਹਨਾਂ ਦਾ ਫਲਸਫਾ ਵੀ ਉਹਨਾਂ ਨੇ ਹੋਰ ਕੌਮ ਦੇ ਲਈ ਆਪਣੀ ਜ਼ਿੰਦਗੀ ਨਿਸ਼ਾਵਰ ਕਰਤੀ। ਤੋਂ ਉਸ ਦਿਨ ਹੀ ਮੈਂ ਸਮਝ ਲਏ ਸੀ And then I realized too that the Sikh message was really something that was important to me. That is that the Sikh community has the example of Guru Teg Bahadur. Guru Teg Bahadur looked after another community. So I thought that's such a great example. If every community took on looking after another community, then the world will be in peace. but unfortunately, all communities seem to just look after themselves. that's true. but the sikh example is that each community should look after the next community, should look after the next community, should look after the next community. The next community. i love that message. so the message is very powerful for me in my work. yeah. <laughs> ਚਾਹੇ ਕਿ ਜੈਨੂ এয়ারਪੋਰਟ ਤੋਂ ਚੱਕਣਾ ਹੋਵੇ ਅੱਜ ਜਿਹੜੇ ਘਰ 'ਚ ਬੈਠਿਆ ਦੇ ਉੱਪਰ ਦੋ ਤਿੰਨ ਕਮਰੇ ਆ ਉੱਥੇ ਵੀ ਸਟੂਡੈਂਟ ਹੀ ਰਹ ਰਹੇ ਆ ਕੋਈ ਕਿਰਾਇਆ ਦੇ ਜਾਂਦਾ ਕੋਈ ਨਹੀਂ ਦਿੰਦਾ ਜੇਕਰ ਤੇ ਮੈਂ ਅੜੀ ਲੜ ਕੱਲਾ ਘਹਿਰਾਵਾ ਆ ਇਸ ਘਰ ਦੇ ਦਰਵਾਜੇ ਹਮੇਸ਼ਾ ਖੁੱਲੇ ਹੁੰਦੇ ਆ ਕੋਈ ਕੁਐਸਚਨ ਨੋ ਕੁਐਸਚਨ ਆਸਕ ਤੇ ਨਿਸ਼ਕਾਮ ਸੇਵਾ ਕਰਦੇ ਦੇਖਿਆ ਇੱਕ ਵਾਰੀ ਦੀ ਮੈਨੂੰ ਬਾਰਤਾਲਾਪ ਸਾਂਝੀ ਕੀਤੀ ਮੇਰੇ ਇੱਕ ਮਿੱਤਰ ਨੇ ਅਮਰਤਾਰੀ ਸਿੱਖ ਆਪਣੀ ਭੈਣ ਦੀ ਡਿਲੀਵਰੀ ਹੋ ਰਹੀ ਸੀ ਬੱਚੇ ਨੂੰ ਬਰਤ ਦੇਣਾ ਸੀ ਜੀ ਉਹ ਜਿਹੜੀ ਲੇਡੀ ਸੀ ਉਹ ਸਿੱਖਾਂ ਨੂੰ ਨਹੀਂ ਤੇ ਜਾਣਦੀ ਉਹ ਆਰਟੀਕਲ ਆਫ ਫੇਥ ਸ੍ਰੀ ਸਾਹਿਬ ਉਹ ਕਹਿੰਦੇ ਮੈਂ ਮੈਂ ਬਰੇ ਨਹੀਂ ਕਰ ਸਕਦੀ ਜਿਹੜੀ ਜਿਹੜੀ ਡਾਕਟਰ ਸੀ ਹਸਪੀਟਲ ਦੇ ਵਿੱਚ ਜਿਹਨੇ ਪੁੱਛਿਆ ਮੈਡ ਡਵਾਈਫ ਨੇ ਤੇ ਚਲੋ ਹੁਣ ਉਹ ਤੇ ਕੁਝ ਕਹਿ ਤਾਂ ਸਕਦੇ ਨਹੀਂ ਸੀ ਉਹਨਾਂ ਨੂੰ ਲੱਗਿਆ ਵੀ ਇਹ ਸੇਫ ਨਹੀਂ ਤਾਂ ਉਹ ਮੰਡੇ ਦਾ ਜੇ ਪਹਿਲਾ ਨਾਂ ਕਿਸੇ ਦੇ ਦਿਮਾਗ 'ਚ ਆਇਆ ਤਾਂ ਨਹੀਂ ਵਿਦਨ ਮਿੰਟਸ ਡੈਨੀਲ ਉੱਥੇ ਪਹੁੰਚ ਗਿਆ ਸਿੱਖੀ ਬਾਰੇ ਸਮਝਾਇਆ ਡਾਕਟਰਸ ਨੇ ਸਾਰੀ ਟੀਮ ਨੂੰ ਠੀਕ ਹੈ ਉਸ ਤੋਂ ਬਾਅਦ ਪੂਰਾ ਲੈਕਚਰ ਦਿੱਤਾ ਅੱਜ ਉੱਥੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਕੱਲੀ ਸਿੱਖੀ ਨਹੀਂ ਜੋ ਕੋਈ ਹੋਰ ਧਰਮ ਦਾ ਮੁਸਲਮਾਨ ਦਾ ਜਾਂ ਹਿੰਦੂ ਦਾ ਜੇ ਕੋਈ ਆਰਟੀਕਲ ਆਫ ਫੇਸ ਦਾ ਉੱਤੇ ਖਾਸ ਖਿਆਲ ਕੀਤਾ ਜਾਂਦਾ ਮਾਈ ਆਨ ਅਪਰਿੰਗ ਮਾਈ ਪੇਰੈਂਟਸ ਵੇਰ ਵੈਰੀ ਗੁੱਡ ਐਟ ਰਿਮਾਈਂਡਿੰਗ ਅਸ ਸੈਟ ਵੀ ਆਰ ਨਾਟ ਜਸਟ ਇਨ ਥਿਸ ਵਰਲਡ ਫਾਰ ਆਰ ਸੈਲਵਜ਼ ਵੀ ਆਰ ਇਨ ਥਿਸ ਵਰਲਡ ਟੂ ਹੈਲਪ ਆਦਰਸ ਮਾਈ ਮਦਰ ਵਾਸ ਅ ਗ੍ਰੇਟ ਪਰਸਨ ਫਾਰ ਥੈਟ Um, and I think that's one of the, uh, you know, if we come back to the message of Sikhi, that's one of the things you notice when you go to a Sikh Gurudwana, everybody's trying their best to help other people. Seva is so ingrained in the Sikh culture uh, and the Punjabi culture, and that, I think, helps that spirit of, you know, all that sort of thing. When people are serving others, they're happier, I think. and um and that resonates with me my background is irish the irish people are always also have a great spirit of service ਤੇ ਵੱਡੀ ਗੱਲ ਇਹ ਹੈ ਵਰਤਸਾਬ ਇਹ ਏਦਾਂ ਦੀ ਚੀਜ਼ ਕਿਸੇ ਸਿੱਖ ਨਹੀਂ ਕੀਤੀ ਹੁੰਦੀ ਨਾ ਅਖਬਾਰਾਂ ਭਰ ਜਾਣੀ ਨੇ ਪੰਜਾਬ ਚ ਬਿਲਕੁਲ ਠੀਕ ਫਿਰ turban and trust turban and trust ਦੀ ਜੀ ਸਥਾਪਨਾ ਇੱਥੇ ਹਰਜੀਤ ਵੀਰ ਉਹ ਬਹੁਤ ਸੋਹਣਾ ਕੰਮ ਕਰਦੇ ਉਹਦੀ ਲੋੜ ਕਿਉਂ ਪਈ ਸਿਚੁਏਸ਼ਨ ਕੀ ਸੀ ਉਸਲੇ ਇਹ ਤੇ ਬਹੁਤ ਅਟੈਕ ਹੋ ਰਿਹਾ ਸੀ ਟੈਕਸੀਸ 'ਚ 15-16 ਸਾਲ ਪਹਿਲਾਂ ਹਾਂਜੀ ਠੀਕ ਸਾਡਿਆਂ ਵੀ ਕੁਝ ਗਲਤੀਆਂ ਸੀ ਉਹ 'ਚ ਦੇ ਨੇ ਨੂੰ ਲੱਗਿਆ ਵੀ ਇਹ ਲੋਕ ਅਲੱਗ ਦਿਖਦੇ ਆ ਹਾਂ ਦਸਤਾਰ ਬਨ ਕੇ ਹਾਂਜੀ ਸਾਨੂੰ ਲੋਕ ਲੁਦੇਨ ਤੱਕ ਕਹਿੰਦੇ ਸੀ ਇਹਨਾਂ ਨੇ ਪਹਿਲਾਂ ਤਾਂ ਜੀ 3-3 ਮੀਟਰ ਉੱਚੇ ਪੰਜ ਸਿੱਖ ਚਿਹਰੇ ਜੁਨੇ ਜੀ ਉਹਨਾਂ ਦੀਆਂ ਵਡੇ ਵੱਡੇ 에ਰਪੋਰਟਾਂ ਦੇ ਲਾਈਆਂ 3 ਮੀਟਰ ਖਾਸ ਸਿੱਖ ਚਿਹਰੇ ਚੁਣ ਕੇ ਉਹਨਾਂ ਦੀ 3-3 ਮੀਟਰ ਉੱਚੀਆਂ ਪੇਂਟਿੰਗ ਬਣਾਈਆਂ ਫਿਰ ਉਹ ਅਲੱਗ-ਅਲੱਗ ਜਗ੍ਹਾ ਤੇ ਇੰਟਰੋਡਿਊਸ ਕੀਤੀਆਂ ਹਮਮ ਫਿਰ ਇੱਕ ਡਾਕੂਮੈਂਟਰੀ ਬਣਾਈ ਫੇਥ ਇਨ ਟੈਕਸੀਸ ਉਹ YouTube ਤੇ ਪਈ ਹੈ ਛੇ ਮਿੰਟ ਦੀ ਹੈ ਠੀਕ ਹੈ ABC ਐਡਲੇਡ ਵਾਲਿਆਂ ਨੇ ਉਹ ਡਾਕੂਮੈਂਟ ਕੀਤੀ ਐਡਲੇਡ ਨੂੰ ਛੱਡ ਕੇ ਉਹ ਪੂਰੇ ਸ਼ਹਿਰਾਂ ਦੇ ਵਿੱਚ ਚੱਲੀ ਹਮਮ ਐਡਲੇਡ ਨੂੰ ਛੱਡ ਕੇ ਇੱਥੇ ਹੀ ਰਹਿੰਦਾ ਸੀ ਠੀਕ ਹੈ ਇਹਨੇ ਪੂਰੇ ਨਿਊਯਾਰਕ ਤੱਕ ਚੱਲੀ ਹੈ ਹਮਮ ਫੇਥ ਇਨ ਟੈਕਸੀਸ ਸਾਨੂੰ ਇਹਨਾਂ ਤੇ ਵਿਸ਼ਵਾਸ ਕਰਨਾ ਪੈਣਾ i lived in india for about three years and uh, on and off that was. and then when i came back in 2009-2010, that was a time when there was a huge amount of migration from india to australia. and many of those people were turban-wearing sikhs. and um, they were copying a lot of racism in australia at that time. so i always thought india really looked after me when i was in india. And Indians, I should say. Well, India, Indians. So many people of many different walks of life, rich people, especially poor people, um, looked after me a lot. So uh I thought I had to look after Indian people when they came here. It was my duty to do that. So then I met Lakvir, who's on the cover of my thesis, um, the one, thesis. one who yeah. was driving a cab from uni to your house. Yeah, oh, exactly. Yeah. So it I was in two thousand eight or nine. Yeah, exactly. Yeah. So Lakvir was a Wonderful inspiration to me. He was so gentle and so humble. And then we connected, and I wanted to draw his portrait. So then it just went. After that, I met Lakvir. Then I met Parip. Then I met Um satinder who now lives in Calgary, actually. And then uh, so many other people. Anand is there, and uh, so many other people. So then it just went bigger and bigger and bigger and bigger. ਪਰ ਉਹ ਜਿਹੜਾ ਸਟਾਰ ਟੈਕਸੀ ਡਰਾਈਵਰ ਜਿਹੜੀ ਉਹ ਪੇਂਟਿੰਗ ਸੀ ਨਾ ਉਹ ਪੀਸਸ ਤੋਂ ਬਣੀ ਹੋਈਆਂ ਸੀ ਠੀਕ ਹੈ ਉਹਨਾਂ ਨੇ ਜੋੜ ਕੇ ਲਾਇਆ ਜਾਂਦਾ ਸੀ ਉਹਦਾ ਵੀ ਇੱਕ ਮੈਸੇਜ ਸੀ ਉਹਦੇ ਵਿੱਚ ਵੀ ਇਹ ਇੰਨੇ ਪੀਸਸ ਇਕੱਠੇ ਕਰਕੇ ਲਈ ਫਿਰਦੇ ਆ ਚਾਹੇ ਉਹਨਾਂ ਦੇ ਸਰਟੀਫਿਕੇਟਸ ਨੇ ਚਾਹੇ ਉਹਨਾਂ ਦੀ ਡਿਗਰੀਆਂ ਨੇ ਚਾਹੇ ਉਹ ਪਿੱਛੇ ਵਾਲਾ ਕਲਚਰ ਆ ਚਾਹੇ ਇਹਨਾਂ ਦੇ ਮਾਪੇ ਨੇ ਵੀ ਸਾਨੂੰ ਆਸਟ੍ਰੇਲੀਅਨਸ ਨੂੰ ਬੀਇੰਗ ਆਸਟ੍ਰੇਲੀਅਨ ਡੈਨੀਅਲ ਆਸਟ੍ਰੇਲੀਅਨ ਇਥੇ ਦਾ ਬਰਨ ਹੋਣ ਨੂੰ ਸੀ ਸੌ ਸਦਰ ਜੋ ਸਾਊਥ ਆਸਟ੍ਰੇਲੀਆ ਜੀ ਪੈਦਾ ਹੋਇਆ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਤੇ ਉਹਨਾਂ ਤੋਂ ਸਿੱਖਣਾ ਚਾਹੀਦਾ ਵੀ ਐਨੇ ਪੀਸਸ ਨੂੰ ਇਕੱਠੇ ਕਰਕੇ ਤੇ ਫਿਰ ਆਪਣੇ ਆਪ ਨੂੰ ਕੰਪੋਜ਼ ਕਰਕੇ ਹੱਸਦਾ ਚਿਹਰਾ ਲੈ ਕੇ ਕੌਨਫੀਡੈਂਟ ਚਿਹਰਾ ਲੈ ਕੇ ਸਾਡੀ ਸੇਵਾ 'ਚ ਹਾਜ਼ਰ ਨੇ ਜੀ ਆਈ ਗੈਸ ਅ ਕਪਲ ਆਫ 100 ਮੈਨੀ ਆਫ ਥਮ ਹੈਵ ਬੀਨ ਸਮਾਲ ਅਮ ਸੀ ਵਨ ਆਫ ਦ ਥਿੰਗਸ ਅਬਾਟ ਮਾਈ my art practice is that i like to draw the ordinary person like the drivers or the taxi drivers or the Farmers or the whoever comes across, because I think that is also the message of Sikhi that is noticing the ordinary person, um, not just the kings and the gurus and the rich people and the heroic people. But one of the things that the turban says is that everybody is a hero, everybody is a king. So I wanted to draw the ordinary person. as much as possible. So there's many, many I've forgotten over the years, but I found it a very powerful way of connecting to people too. ਨਵਜੋਤ ਭਾਜੀ ਮੈਂ ਪ੍ਰਾਈਮੇਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਜ਼ਰੂਰ ਦੱਸਦੇ ਆ ਕਿ ਡੈਨੀਅਲ ਦਾ ਪੰਜਾਬ ਦੇ ਨਾਲ ਭਾਰਤ ਦੇ ਨਾਲ ਸਿੱਖੀ ਦੇ ਨਾਲ ਸੰਬੰਧ ਕੋਈ ਨਹੀਂ ਸਿਰਫ ਇੱਕ ਟੈਕਸੀ ਡਰਾਈਵਰ ਦੇ ਉਹ ਸੰਪਰਕ ਦੇ ਵਿੱਚ ਆਉਂਦੇ ਆ ਉਹਦੇ ਵਿੱਚ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਇੰਟਰੋਡਕਸ਼ਨ ਹੁੰਦੀ ਹੈ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਫਿਰ ਉਹ ਸਟੱਡੀ ਕਰਨਾ ਸ਼ੁਰੂ ਕਰਦੇ ਆ ਤੇ ਉਹਦੇ ਤੋਂ ਬਾਅਦ ਕਿਉਂਕਿ ਸਿਧਾਂਤ ਤੇ ਇਦਾਂ ਦੇ ਨੇ ਸਾਨੂੰ ਦੂਸਰਿਆਂ ਦੇ ਲਈ ਕੰਮ ਕਰਨਾ ਸਿਖਾਇਆ ਜਾਂਦਾ ਸਾਡੇ ਸਿਧਾਂਤਾਂ ਦੇ ਵਿੱਚ ਹੈ ਫਿਰ ਫਕਰ ਕਿਸਮ ਦਾ ਬੰਦਾ ਡੈਨੀਅਲ ਤੁਸੀਂ ਜਿੰਨਾ ਕਿ ਤੁਹਾਨੂੰ ਘਰ ਨਜ਼ਰ ਆਉਂਦਾ ਇੱਥੇ ਸਿਰਫ ਪੇਂਟਿੰਗ ਹੀ ਹੈ ਇੱਥੇ ਬਰਸ਼ ਨੇ ਇੱਥੇ ਰੰਗ ਨੇ ਇੱਥੇ ਤਸਵੀਰਾਂ ਨੇ ਤੇ ਉਹਨਾਂ ਤਸਵੀਰਾਂ ਦਾ ਮਕਸਦ ਪੈਸੇ ਕਮਾਉਣਾ ਨਹੀਂ ਕਿ ਭਾਈ ਪੈਸੇ ਕਮਾ ਲਈਏ ਕਿਉਂਕਿ ਜਿਵੇਂ ਕੈਲੇ ਸਾਹਿਬ ਨੇ ਦੱਸਿਆ ਕਿ ਇੱਥੇ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਵੀ ਆ ਜਾਂਦੇ ਆ ਤੇ ਕਈ ਵਾਰੀ ਕਰਾਇਆ ਭੜਾ ਨਹੀਂ ਵੀ ਹੁੰਦਾ ਦੇਣ ਨੂੰ ਤੇ ਉਹ ਕਹਿੰਦਾ ਚੱਲ ਹੋ ਕੋਈ ਗੱਲ ਨਹੀਂ ਜਦੋਂ ਹੋਈ ਉਦੋਂ ਦੇ ਦੇ। ਇਹਦੇ ਤੋਂ ਇਲਾਵਾ ਜਿਹੜੀ ਹਸਪੀਟਲ ਦੀ ਗੱਲ ਸੁਣਾਈ ਹੈ ਕਿ ਜੇ ਇੱਕ ਸਿੱਖ ਔਰਤ ਬੱਚੇ ਨੂੰ ਜਨਮ ਦੇਣਾ ਸੀ ਤੇ ਉੱਥੇ ਡਾਕਟਰਸ ਦੇ ਨਾਲ ਕਿਉਂਕਿ ਡਾਕਟਰਾਂ ਨੇ ਆਪਣੀ ਸੇਫਟੀ ਦੇ ਕੰਸਰਨ ਹੁੰਦੇ ਆ ਕਿ ਭਾਈ ਸਾਰਾ ਕੁਝ ਠੀਕ ਹੋਵੇ। ਉੱਥੇ ਜਾ ਕੇ ਉਹਨਾਂ ਨੂੰ ਸਿੱਖੀ ਦੇ ਵਿੱਚ ਕਕਾਰਾਂ ਦੀ ਜਿਹੜੀ ਹੈ ਕੇਸਾਂ ਦੀ ਮਹੱਤਤਾ ਕੀ ਹੈ ਉਹਦੇ ਬਾਰੇ ਚੰਗੇ ਤਰੀਕੇ ਦੱਸਿਆ। ਫਿਰ ਉਹਦੇ ਤੋਂ ਬਾਅਦ ਜੇ ਤੁਹਾਨੂੰ ਯਾਦ ਹੋਵੇ ਇੱਕ ਦੌਰ ਇਦਾਂ ਦਾ ਆਇਆ ਸੀ ਕਿ ਟੈਕਸੀ ਚਲਾਉਣ ਵਾਲੇ ਜਿਹੜੇ ਸਰਦਾਰ ਸਨ ਉਹਨਾਂ ਦੇ ਉੱਤੇ ਹਮਲੇ ਹੋਣ ਲ ਆਪਣਾ ਅਸਲੀ ਹਮਲੇ ਵੀ ਕਹਿ ਸਕਦੇ ਆ ਚਾਹੇ ਉਹ ਸਿੱਖਾਂ ਦੀ ਪਹਿਚਾਨ ਦਾ ਚੰਗੇ ਤਰੀਕੇ ਲੋਕਾਂ ਨੂੰ ਪਤਾ ਨਾ ਹੋਣਾ ਤਾਂ ਕਰਕੇ ਸੀ ਤੇ ਉਹਦੇ ਵਿੱਚ ਵੀ ਇੱਕ ਗੈਰ ਸਿੱਖ ਗੈਰ ਪੰਜਾਬੀ ਹੋਣ ਦੇ ਬਾਵਜੂਦ ਵੀ ਡੈਨੀਅਲ ਨੇ ਆਪਣੇ ਵੱਲੋਂ ਜਿੰਨੀ ਵੱਡੀ ਭੂਮਿਕਾ ਨਿਭਾਈ ਉਹਦੀ ਜਿੰਨੀ ਸ਼ਲਾਘਾ ਕੀਤੀ ਜਾ ਸਕੇ ਉਨੀ ਥੋੜੀ ਹੈ ਫਿਰ ਇਹ ਨਹੀਂ ਕਿ ਕਿਤਾਬਾਂ ਪੜ ਲੀਆਂ ਤੇ ਅਗਲੇ ਪਾਸੇ ਨੂੰ ਤੁਰਪਾ ਬਾਰ-ਬਾਰ ਪੰਜਾਬ ਗਿਆ ਮਹੀਨਿਆਂ ਬੱਧੀ ਪੰਜਾਬ ਦੇ ਵਿੱਚ ਰਹੇ ਤੇ ਉੱਥੇ ਜਾ ਕੇ ਉੱਥੋਂ ਦੇ ਸੱਭਿਆਚਾਰ ਨੂੰ ਸਿੱਖੀ ਦੇ ਸਿਧਾਂਤਾਂ ਨੂੰ ਪ੍ਰੈਕਟੀਕਲੀ ਜਿਹੜਾ ਉਹ ਸਮਝ ਕੇ ਅਗਲੇ ਪਾਸੇ ਨੂੰ ਵਧਣ ਦੀ ਜਿਹੜੀ ਕੋਸ਼ਿਸ਼ ਕੀਤੀ ਅਸੀਂ ਜਿਹੜੇ ਨਾਲ-ਨਾਲਾ ਦਿਖਾ ਰਹੇ ਹਾਂ ਨਾ ਕਿ ਡੇਨੀਅਲ ਆਪਣੇ ਮੂੰਹੋਂ ਕੀ ਕਹਿੰਦਾ ਉਹਦੀ ਸ਼ਰਧਾ ਕਿੰਨੀ ਹੈ ਉਹਦੀ ਰਿਸਪੈਕਟ ਕਿੰਨੀ ਹੈ ਉਹ ਮਨੁੱਖਤਾ ਦੇ ਵਿੱਚ ਯਕੀਨ ਕਿੰਨਾ ਰੱਖਦਾ ਇਦਾਂ ਦੇ ਹੀਰੇ ਸਾਂਭਣ ਦੀ ਲੋੜ ਹੈ ਇਹ ਹੀਰੇ ਲੋਕ ਨੇ ਜਿਨ੍ਹਾਂ ਦੀ ਵਿੱਚ ਨਿਜਨੀ ਹੈ ਜਿਹੜੇ ਲੋਕ ਲਾਲਚੀ ਨਹੀਂ ਹੈ ਜਿਹੜੇ ਲੋਕ ਸਵਾਰਥੀ ਨਹੀਂ ਹੈ ਜਿਹੜੇ ਲੋਕ ਸਾਨੂੰ ਦੱਸਦੇ ਆ ਕਿ ਭਾਈ ਤੁਹਾਡੇ ਕੋਲੇ ਬਹੁਤ ਬੇਸ਼ਕੀਮਤੀ ਖਜ਼ਾਨਾ ਪਿਆ ਤੇ ਉਹਨੂੰ ਅਸੀਂ ਸਾਬ ਕੇ ਅਗਲੇ ਪਾਸੇ ਨੂੰ ਵਧਾਈਏ ਨਵਜੋਤ ਭਾਜੀ ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਪੀ ਐਚ ਡੀ ਬੰਦਾ ਟੀਚਰ ਲੱਗਿਆ ਹੋਇਆ ਬੰਦਾ ਪੇਂਟਿੰਗ ਦੇ ਵਿੱਚ ਸਿਰੇ ਦਾ ਬੰਦਾ ਆਪਣੇ ਮੈਂ ਬਹੁਤ ਸਾਰੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਪੁੱਛਿਆ ਪਰ ਬਹੁਤਿਆਂ ਨੂੰ ਆਸਟ੍ਰੇਲੀਆ ਦੇ ਵਿੱਚ ਵੀ ਨਹੀਂ ਪਤਾ ਸੀ ਕਿ ਇਸ ਬੰਦੇ ਨੇ ਸਾਡੇ ਲਈ ਕੀ ਕੀ ਤਾਂ ਕਾਰਨ ਕੀ ਹੈ ਭਾਸ਼ਾ WhatsApp ਅਸੀਂ ਨਾ ਸ਼ੁਕਰੇ ਲੋਕ ਆਏ ਚਾਹੇ ਕਿ ਜਨੂੰ ਬੁਰਾ ਲੱਗੇ 4 ਸਾਲ ਮੈਂ ਸਿਕ ਗੇਮਸ ਦੀ ਕਮੇਟੀ 'ਚ ਰਿਹਾ ਨੈਸ਼ਨਲ ਕਮੇਟੀ ਹਰ ਵਾਰੀ ਮੈਨੂੰ ਵੀ ਇੰਟਰੋਡਿਊਸ ਕਰਨਾ ਪੈਂਦਾ ਠੀਕ ਹੈ ਜੀ ਕਿ ਕਦੇ ਟੰਗ ਨਾਲ ਪ੍ਰੂਵ ਨਹੀਂ ਹੋਇਆ ਜਿੰਨਾ ਕੁ ਸਿੱਖੇ ਮਜੇ ਦੀ ਪਾਰਟਿਸਪੀਕੇਸ਼ਨ ਸੀ ਕੁਝ ਬੰਦੇ ਇਹਨਾਂ ਨੂੰ ਪਤਾ ਸੀ ਜਿੰਨਾ ਕੁਸ਼ ਉੱਥੇ ਜਨਰੇਟ ਹੁੰਦਾ ਸੀ ਉਹ ਕੁ ਸਿੱਖ ਸੰਸਥਾ ਨੂੰ ਡੋਨੇਟ ਕੀਤਾ ਜਾਂਦਾ ਸੀ ਅੱਛਾ ਜੇ ਕੋਈ ਪੇਂਟਿੰਗ ਖਰੀਦਦਾ ਵੀ ਜਿਹਦੇ ਪੈਸੇ ਉੱਥੇ ਦੇ ਦੇਣੇ 2017 ਦੇ ਵਿੱਚ ਪੇਂਟਿੰਗ ਵਿਕੀ 7.5-8000 ਡਾਲਰ ਦੀ ਜੀ ਤਾਂ 10000 ਡਾਲਰ ਖਾਲਸਾ ਇੰਡਨ ਇੰਡੋਨੇਟ ਕੀਤਾ ਇੱਕ ਇੱਕ ਡਾਲਰ ਸਾਰਾ ਖਾਲਸਾ ਇੰਡਨ 2000 18 ਦੇ ਵਿੱਚ ਸਿਡਨੀ 7500 ਡਾਲਰ ਦੀ ਪੇਂਟਿੰਗ ਦੀ ਆਕਸ਼ਨ ਹੋਈ ਖਾਲ ਸੈਡ ਨੂੰ ਗਈ 2019 ਦੇ ਵਿੱਚ ਫਿਰ ਇੱਕ ਪ੍ਰੋਜੈਕਟ ਸੀ ਡੈਨੀਅਲ ਦਾ ਪਹਿਲੇ ਦਿਨ ਹੀ ਮਨ ਘਟਾ ਹੋਇਆ ਕਿਉਂਕਿ ਤੇ ਕਮਰਸ਼ੀਅਲ ਵੀ ਸੀ ਲੋਕ ਫਿਰ ਇਹਨੇ ਵੱਧ ਚੜ ਕੇ ਹਿੱਸਾ ਪਾਇਆ ਉੱਥੇ ਕਿਸੇ ਹੋਰ ਸੱਜਣ ਸਾਡੇ ਫਰੈਂਡ ਨੇ ਡੈਨੀਅਲ ਦੇ ਫਰੈਂਡ ਨੇ ਉਹਨਾਂ ਦਾ ਆਰਟੀਕਲ ਆਕਸ਼ਨ ਹੋਈ ਪੈਸੇ ਫਿਰ ਖਾਲ ਸੈਡ ਨੂੰ ਮੈਂ ਉਹਦੇ ਹੱਥੀਂ ਪੈਸੇ ਦਿੱਤੇ ਤੱਕ ਤੱਕ ਨਹੀਂ ਦਿੱਤੇ 9900 ਡਾਲਰ ਇਦਾਂ ਮੈਂ ਬਹੁਤ ਛੋਟੀਆਂ ਐਗਜ਼ਾਮਪਲਾਂ ਦੇ ਰਿਹਾ ਪਰ ਪ੍ਰੋਬਲਮ ਇਹ ਹੈ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਸਾਡੇ ਲਈ ਇਸ ਬੰਦੇ ਨੇ ਕੀ ਕੀਤਾ ਲੌਂਗ ਸਟੇ ਪੇਰੈਂਟ ਵੀਜ਼ਾ ਕੈਂਪੇਨ ਚਲਾਉਣਾ ਸੀ ਮਤਲਬ ਜਦੋਂ ਕੈਂਪੇਨ ਸ਼ੁਰੂ ਹੋਇਆ ਤਾਂ ਮਿੱਤਰ ਮੰਡਲੀ ਸਾਡੀ ਕਹਿਣ ਲੱਗੇ ਵੀ ਕੋਈ ਗੋਰਾ ਚਿਹਰਾ ਲੈ ਕੇ ਆਓ ਯਾਨੀ ਮਾਪੇ ਲੰਬੇ ਸਮੇਂ ਤੱਕ ਆਪਣੇ ਬੱਚਿਆਂ ਨਾਲ ਰਹਿ ਸਕਣ ਉਹਦੇ ਵੀਜ਼ੇ ਲਈ ਕੰਪੇਨ ਹੈ ਉਹਦੇ ਵਿੱਚ 90 95% ਕੰਟਰੀਬਿਊਸ਼ਨ ਇਸ ਇਨਸਾਨ ਦੀ ਹੈ ਜਦ ਕਿ ਇਹਦਾ ਲੈਣਾ ਦੇਣਾ ਕੋਈ ਨਹੀਂ ਚਾਰ ਮੀਟਿੰਗਾਂ ਹੋਈਆਂ ਜੀ ਮੈਂ ਚਾਹੁੰਦਾ ਨਹੀਂ ਸੀ ਵੀ ਆਵੇ ਕਿਉਂਕਿ ਇਹਦਾ ਦੰਦ ਖੱਟੇ ਹੁੰਦੇ ਸੀ ਫੇਰ ਇਹ ਨਿਰਾਸ਼ ਹੁੰਦਾ ਸੀ ਕਿਉਂਕਿ ਸਾਡੀ ਕਮਿਊਨਿਟੀ ਤੋਂ ਜ਼ਿਆਦਾ ਨਿਰਾਸ਼ਾ ਹੀ ਮਿਲੀ ਹੈ ਚਾਹੇ ਉਹ ਨਾਂ ਦੱਸੇ ਜੀ ਕਿ ਮੈਂ ਤੇ ਪ੍ਰਦੀਪ ਇਸ ਗੱਲ ਦੇ ਗਵਾਹ ਠੀਕ ਹੈ ਹੋਰ ਵੀ ਤਿੰਨ ਚਾਰ ਸੱਜਣ ਨੇ ਕਾਫੀ ਨਿਰਾਸ਼ਾ ਹੁੰਦੀ ਹੈ ਕਈ ਵਾਰੀ ਲੋਕ ਪੋਰਟਰੇਟ ਬਣਾ ਲੈਣਗੇ ਖਰਚਾ ਵੀ ਨਹੀਂ ਦਿੰਦੇ ਕਈ ਪੋਰਟਰੇਟ ਇੱਥੇ ਪੈ ਰਹੇ ਨੇ ਲੈਣ ਵੀ ਨਹੀਂ ਆਉਂਦੇ ਇੱਕ ਪੋਰਟਰੇਟ ਬਣਾਉਣ ਨੂੰ 7-8 ਦਿਹਾੜੀਆਂ ਲੱਗਦੀਆਂ ਨੇ ਉਹ ਪੈਸੇ ਆਪਣੇ ਦੇ ਲਾਉਣੇ ਹੁੰਦੇ ਨੇ ਸਾਨੂੰ ਪਤਾ। ਹੂੰ। ਤਿੰਨ ਚਾਰ ਮੀਟਿੰਗਾਂ ਆਈਆਂ ਮੈਂ ਫੇਰ ਨਿਸਚਾਉਂਦਾ ਮੈਂ ਇੰਟਰੋਡਿਊਸ ਕੀਤਾ। ਅਜੇ ਤੱਕ ਉਹ ਕੈਂਪੇਨ ਚੱਲ ਰਿਹਾ ਕਿੰਨੇ ਗੇੜੇ ਸਾਡੇ ਮੈਂ ਉਦੋਂ ਐਡਿਲੇਡ ਰਹਿੰਦਾ ਸੀ। ਐਡਿਲੇਡ ਟੂ ਮੈਲਬੌਰਨ ਕਿੰਨੀਆਂ ਲੈਟਰਸ ਲਿਖਣੀਆਂ, ਕਿੰਨੀਆਂ ਪੋਲੀਟਿਸ਼ੀਅਨ ਨਾਲ ਮੀਟਿੰਗਾਂ। ਸੈਂਕੜਿਆਂ ਦੇ ਹਿਸਾਬ ਨਾਲ ਮੀਟਿੰਗਾਂ ਹੋਈਆਂ। ਕੰਮ ਛੱਡਿਆ। ਉਸ ਤੋਂ ਬਾਅਦ ਸਬਕਲਾਸ 870 ਸਰਕਾਰ ਨੇ ਇੰਟਰੋਡਿਊਸ ਕੀਤੀ ਹਾਲਾਂਕਿ ਜੋ ਚਾਹੁੰਦੇ ਸੀ ਉਹ ਨਹੀਂ ਆਈ। ਉਹਦੇ ਵਿੱਚ ਵੱਡੀ ਭੂਮਿਕਾ ਡੇਨੀਅਲ ਕਾਰਨਲ ਦੀ ਆ। ਲੌਂਗ ਸਟੇ ਪੇਰੈਂਟ ਵੀਜ਼ਾ ਕੈਂਪੇਨ ਦੇ ਗਰੁੱਪ ਉਹਦੇ ਵਿੱਚ ਪਿੱਛੇ ਜਾ ਕੇ ਫੋਟੋਆਂ ਦੇਖ ਲਿਆ ਸਾਡੇ ਨਾਲ ਡੇਨੀਅਲ ਕਾਰਨਲ ਹਰ ਇੱਕ ਮੀਟਿੰਗ 'ਚ ਖੜਾ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਬੱਚੇ ਆਉਂਦੇ ਆ ਜਾਂ ਨਵੇਂ ਬੰਦੇ ਆਉਂਦੇ ਆ ਉਹਨਾਂ ਨੂੰ ਕਈ ਵਾਰ ਆਮ ਤੌਰ ਤੇ ਲੋਕ ਚੰਗੇ ਨੇ ਕਾਰੋਬਾਰਾਂ ਦੇ ਮਾਲਕ ਚੰਗੇ ਨੇ ਉਹ ਤਾਂ ਬੱਚਿਆਂ ਵਾਂਗੂ ਬੱਚਿਆਂ ਨੂੰ ਰੱਖਦੇ ਆ ਪਰ ਕਈ ਵਾਰੀ ਕੋਈ ਹੁੰਦਾ ਮਨ ਦੇ ਵਿੱਚ ਜਿਹਦੇ ਕੁਝ ਗੰਡ ਗੰਡ ਵਾਜ ਜਾਂਦੀ ਆ ਕਿ ਰੁਪਈਏ ਤੇਲੇ ਘੱਟ ਦੇਣੇ ਆ ਕੰਮ ਕਰਾ ਕੇ ਪੈਸੇ ਨਹੀਂ ਦੇਣੇ ਉੱਥੇ ਵੀ ਡੇਨੀਅਲ ਖੜਦਾ ਰਿਹਾ ਬਹੁਤ ਖੜਦਾ ਰਿਹਾ ਜੀ ਮੈਨੂੰ ਇੱਕ ਦਿਨ ਫੋਨ ਆਉਂਦਾ ਜਦੋਂ ਤੱਕ ਜਦੋਂ ਮੈਨੂੰ ਡੈਨੀਅਲ ਦਾ ਫੋਨ ਆਉਂਦਾ ਜੀ ਉਹ ਇਦਾਂ ਦੇ ਟੌਪਿਕ ਲੈ ਜਾਂਦਾ ਅੱਜ ਤੱਕ ਮੈਨੂੰ ਤੇ ਪ੍ਰਦੀਪ ਨੂੰ ਇਸ ਇਨਸਾਨ ਨੇ ਆਪਦੇ ਲਈ ਕੁਝ ਮੰਗਿਆ ਨਹੀਂ ਜੀ ਮੰਗਿਆ ਤਾਂ ਸਾਡੇ ਸਾਡੇਆਂ ਲਈ ਹੀ ਮੰਗਿਆ ਇੱਕ ਵਾਰੀ ਫੋਨ ਆਉਂਦਾ ਕੰਦਾ ਮੁੰਡਾ ਟਰੱਕ ਚਲਾਉਂਦਾ ਸੀ ਇਹਦੇ ਮਾਲਕ ਨੇ ਪੈਸੇ ਮਾਰ ਲੇ ਸਿੱਖ ਡਰਾਈਵਰ ਸਿੱਖੀ ਮਾਲਕ ਠੀਕ ਹੈ ਜੀ ਬਹੁਤ ਵੱਡੇ ਧਨਾੜ ਬੰਦੇ ਸੀ ਹੱਡ ਲੇਡ ਦੇ ਕਹਿੰਦੇ ਕਿ ਅਸੀਂ ਕੇਸ ਲੜਿਆ 60 ਕੇ 70 ਲੀਗਲ ਕੇਸ ਲੀਗਲ ਕੇਸ ਲੜਿਆ ਜੀ ਜਿਹੜਾ ਬੰਦੇ ਨੇ ਕੇਸ ਲੜਿਆ ਉਹ ਡੈਨੀਅਲ ਦਾ ਫਰੈਂਡ ਸੀ ਐਡਿਲੇਡ ਲਾਅ ਸਕੂਲ ਦਾ ਹੈਡ ਜੀ 1 ਡਾਲਰ ਵੀ ਨਹੀਂ ਲਿਆ ਮੁਫਤ ਕੇਸ ਲੜਿਆ ਇੱਕ ਕੇਸ ਆ 80 ਡਾਲਰ ਕਵਰ ਕਰਾਇਆ 70 ਕੇ 80 ਡਾਲਰ ਜਦੋਂ ਇਨਸਾਨ ਨੂੰ ਕਿਹਾ ਸੀ ਉਹਦੇ ਵਿੱਚੋਂ ਡੈਨੀਅਲ ਨੇ ਕਿੰਨੇ ਲਏ ਮੇਰੇ ਨੇ ਖਰਚਾ ਹੋਣਾ ਹੀ ਪੈਂਦਾ 10 ਡਾਲਰ 5 1000 ਡਾਲਰ ਪੱਲਿਆਂ ਜੀ ਅੱਛਾ ਪੱਲਿਓ ਖਰਚ ਦਿੱਤਾ ਹੋ ਭਾਜੀ ਇੱਥੋਂ ਜਦੋਂ ਤੁਸੀਂ ਜਾਣਾ 10 ਗੱਡੇ ਲਾ ਕੇ ਦੇਖੋ ਤੁਸੀਂ ਹਮਮ ਕੋਰਟ ਦੇ ਉਹ ਇਹ 77 ਕਿਲੋਮੀਟਰ ਆਪਦਾ ਕੰਮ ਛੱਡ ਕੇ ਜਾਣਾ ਡੈਨੀਅਲ ਇੱਕ ਸੀਨੀਅਰ ਪ੍ਰੋਫੈਸਰ ਲੈਕਚਰਰ ਆ ਜੀ ਯੂਨੀਵਰਸਿਟੀ ਦੇ ਵਿੱਚ ਇਹ ਦੁਪਹਿਰ ਨੂੰ ਕਲਾਸ ਲਾਉਣੇ ਜਾਣਾ ਉਹ ਵੀ ਪਾਰਟ ਟਾਈਮ ਹੀ ਉੱਥੇ ਕੰਮ ਕਰਦਾ ਬੜੀਆਂ ਕਲਾਸਾਂ ਚੱਡੀਆਂ ਹੋਣਗੀਆਂ ਆਪਦਾ ਕੰਮ ਕਰ ਛੱਡਿਆ ਉਹ ਅੱਜ ਦੀ ਡੇਟ ਦੇ ਵਿੱਚ ਪਿਛਲੇ ਹਫਤੇ ਮੈਂ ਗੱਲ ਕਰਦਾ ਸੀ 4000 ਡਾਲਰ ਜਿਹੜਾ ਆਪਣਾ ਐਂਡ ਆਫ ਦਾ ਇਅਰ ਟੈਕਸ ਦਾ ਬਿੱਲ ਦੇਣਾ ਹੁੰਦਾ ਉਹਦੇ ਲਈ ਹੁਣ ਕੰਮ ਕਰ ਰਿਹਾ ਮਤਲਬ ਅਬਦ ਤਹੇ ਕਮਾ ਕੇ ਹੀ ਦੇ ਰਿਹਾ ਜੀ ਜਦੋਂ ਬੰਦੇ ਨੂੰ ਕਿਹਾ ਡੈਨੀਅਲ ਨੇ ਤੇ ਮੈਂ ਵੀ ਹੁਣ ਸਾਰਾ ਕੁਝ ਹੋ ਗਿਆ ਤੂੰ ਸੇਫ ਆ ਤੈਨੂੰ ਪੈਸੇ ਤੂੰ ਨੌਕਰੀ ਵੀ ਕਰ ਰਹੇ ਹਾਂ ਤਾਂ ਪੱਕਾ ਵੀ ਹੋ ਗਿਆ ਹੁਣ ਸਾਡੇ ਨਾਲ ਇੱਕ ਵਾਰੀ মিডিਆ ਜੀ ਇੰਟਰਵਿਊ ਦੇ ਦੇ ਬੰਦਾ ਖੜੇ ਹੀ ਨਹੀਂ ਮੈਂ ਇੰਟਰਵਿਊ ਅੱਜ ਤੱਕ ਇੱਕ ਵੀ ਬੰਦਾ ਨਹੀਂ ਲੱਭਿਆ ਜੀ ਜਿਹਦੀ ਹੈਲਪ ਕੀਤੀ ਹੋਵੇ ਤੇ ਉਸ ਤੋਂ ਬਾਅਦ ਅਸੀਂ ਸਬਕ ਸਿੱਖ ਸਕਾਂਗੇ মিডিਆ ਚ ਜਾ ਕਿਉਂਕਿ ਅਸ ਤਾਂ ਬੋਲਣਾ ਨਹੀਂ ਅੱਛਾ ਬੰਦੇ ਮੁੜ ਕੇ ਨਹੀਂ ਖੜਦੇ ਮੁੜ ਕੇ ਖੜਦੇ ਨੂੰ ਡਰ ਲੱਗਦਾ ਪਤਾ ਨਹੀਂ ਸਾਨੂੰ ਕੀ ਹੋ ਜੂ ਸੈਂਕੜੇ ਕੇਸ ਨੇ 2010 ਤੋਂ ਲੈ ਕੇ 14 ਆ ਗਿਆ ਅੱਜ ਤੱਕ 24 24 ਆ ਗਿਆ 14 ਸਾਲ ਹੋ ਗਏ ਜੀ ਇਹ ਤਾਂ ਮੈਂ ਦੇਖਦਾ ਹਰ ਸਾਲ 10-15 ਕੇਸ ਹੁੰਦੇ ਆ ਕਿ ਇਹਦੇ ਬੀਜ਼ੇ ਦੀ ਪ੍ਰੋਬਲਮ ਆ ਕਿਸੇ ਨੂੰ ਕੰਮ ਨਹੀਂ ਮਿਲਦਾ ਕਿਸੇ ਨੂੰ 13 ਡਾਲਰ ਮਿਲ ਰਿਹਾ ਉਹਦੇ ਪੂਰੇ ਕਰਾਉਣੇ ਆ ਜੇ ਕਿਤੇ ਤੁਸੀਂ ਚਾਹ ਦਾ ਕੱਪ ਕਿਤੇ ਪੇਂਡ ਚਲੇ ਜਾਈਏ ਨਾ ਕੋਈ ਸਟੂਡੈਂਟ ਆ ਕੇ ਸੰਨ ਨਾਲ ਗੱਲ ਕਰਦਾ ਡੈਨੀਅਲ ਦਾ ਪਹਿਲਾ ਕੁਐਸਚਨ ਉਹਨੂੰ ਇਹ ਹੁੰਦਾ ਸਤਿ ਸ੍ਰੀ ਅਕਾਲ ਕੀ ਹਾਲ ਨੇ ਵੀ ਉਹਨੂੰ ਕੰਫਰਟੇਬਲ ਫੀਲ ਕਰਾਈਏ ਤੀਜਾ ਕੁਐਸਚਨ ਪੈਸੇ ਪੂਰੇ ਮਿਲਦੇ ਜਾਂ ਮੈਂ ਕੋਈ ਵੀ ਟਰੱਕ ਡਰਾਈਵਰ ਰਾਈਟ ਪੇ ਤੇ ਨਹੀਂ ਹੈਗਾ ਕੋਈ ਵੀ ਕਾਰਵਾਸ਼ ਵਾਲਾ ਵਰਕਰ ਰਾਈਟ ਪੇ ਤੇ ਨਹੀਂ ਹੈਗਾ ਕੋਈ ਵੀ ਕਲੀਨਰ ਕਹਿੰਦਾ ਰਾਈਟ ਪੇ ਤੇ ਨਹੀਂ ਹੈਗਾ ਸਾਨੂੰ ਤਾਂ ਇਹ ਗੱਲਾਂ ਦਾ ਪਤਾ ਇਹ ਇਨਸਾਨ ਫੇਰ ਵੀ ਸਾਡੀਆਂ ਕਮੀਆਂ ਕਦੇ ਨਹੀਂ ਦੱਸਦਾ ਅਸੀਂ ਨਾ ਸ਼ੁਕਰੇ ਲੋਕ ਸਾਡੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੂੰ ਇਸ ਇਨਸਾਨ ਇਸ ਖਜ਼ਾਨੇ ਦਾ ਪਤਾ ਹੀ ਤੱਕ ਨਹੀਂ ਹੈਗਾ ਸਾਨੂੰ ਦਾ ਜਿੰਨੇ ਪੈਸੇ ਸਾਡੇ ਦੇ ਖਰਚ ਰਿਆ ਅਸੀਂ ਲੋਕਾਂ ਦੀਆਂ ਪੇਂਟਿੰਗਾਂ ਮਾਨੂੰ ਕਿੰਨੇ ਹੀ ਲੋਕ ਜਾਣਦੇ ਪੰਜ-ਪੰਜ 10000 ਡਾਲਰ ਦੇ ਖਰੀਦ ਲੈਣੇ ਆ ਸਾਨੂੰ ਇਹੋ ਜਿਹੇ ਬੰਦੇ ਨੂੰ ਕੰਮ ਦੇਣਾ ਚਾਹੀਦਾ ਇਹਨੂੰ ਪੈਸੇ ਦੇ ਕੇ ਪੋਰਟਰੇਟ ਬਣਵਾਉਣੇ ਚਾਹੀਦੇ ਆ ਤੇ ਫਿਰ ਸਾਨੂੰ ਮੈਂ ਇਸ ਚੀਜ਼ ਦੀ ਗਰੰਟੀ ਲੈ ਲੈਣਾ ਉਹ ਪੈਸੇ ਸਾਡੇ ਦੇ ਲੱਗਦੇ ਆ ਜੀ ਸਾਡੇ ਦੇ ਲੱ ਸੈਪਨਮ ਸਾਊਥ ਆਸਟ੍ਰੇਲੀਅਨ ਪ੍ਰੋਫੈਸ਼ਨਲ ਨੈਟਵਰਕ ਐਂਡ ਐਸੋਸੀਏਸ਼ਨ ਫॉर ਮਾਈਗ੍ਰੈਂਟਸ ਵੱਡੇ ਵੱਡੇ ਆਈਟੀ ਵਾਲੇ ਲੋਕ ਆਉਂਦੇ ਉਹਨਾਂ ਦੀਆਂ ਰੈਜ਼ਮੇ ਦੀਆਂ ਵਰਕਸ਼ਾਪਸ ਡੈਨੀਅਲ ਲਾਉਂਦਾ ਡੈਨੀਅਲ ਲਾਉਂਦਾ ਪੈਸੇ ਪੈਸੇ ਚਾਰਜ ਕਰਦਾ ਇੱਕ ਪੈਸਾ ਵੀ ਨਹੀਂ ਉਹ ਫਾਊਂਡਰ ਆਉਦਾ ਵੀ ਮਤਲਬ ਉਹ ਬੰਦੇ ਵੀ ਨਹੀਂ ਖੜਦੇ ਤਿੰਨ ਵਾਰ ਜਦੋਂ ਮੇਰਾ ਲੈਕਚਰ ਡਿਲੀਵਰ ਕਰਾਇਆ ਉੱਥੇ ਜਾ ਕੇ ਵੱਡੇ ਵੱਡੇ ਆਈਟੀ ਵਾਲੇ ਬੰਦੇ ਆਂ ਡੇਡ ਡੇਡ 2-2 ਲੱਖ ਵਾਲੇ ਇੱਕ ਕਪਲ ਉੱਪਰ ਵੀ ਰਹਿ ਕੇ ਗਿਆ ਜੋ ਵੱਡੀ ਜੌਬ ਤੇ ਕੰਮ ਕਰ ਰਹੇ ਨੇ ਇੱਥੇ ਇੱਥੇ ਹੀ ਰਹਿ ਕੇ ਗਏ ਨੇ ਉਹਨਾਂ ਕੋਲ ਕਰਨੀ ਸੀ ਫੋਨ ਆਇਆ ਕਹਿੰਦਾ ਇੱਥੇ ਰਹਿ ਲਓ ਠੀਕ ਹੈ ਹੁਣ ਉਥੇ ਲਿਆ ਕੇ ਐਚਆਰ ਵਾਲਿਆਂ ਦੀ ਰਿਕਰੂਟਮੈਂਟ ਏਜੰਸੀ ਦੀ ਸੈਮੀਨਾਰ ਕਰਾਉਣੀ ਜਦੋਂ ਹੁਣ ਇਦਾਂ ਦੀਆਂ ਚੀਜ਼ਾਂ ਇਹ ਕਰ ਰਿਹਾ ਇਹ ਇੱਕ ਪਿਛਲੇ ਹਫਤੇ ਜਦੋਂ ਮੈਸੇਜ ਆਇਆ ਜਦੋਂ ਇਹਨਾਂ ਨੇ ਕੋਈ ਇੱਕ ਆਰਥ ਦਾ ਲੰਗਰ ਦੀ ਸਟਾਲ ਲਾਉਣੀ ਸੀ ਸਿੱਕ ਗੇਮਸ ਤੇ ਲਾਉਣੀ ਸੀ ਠੀਕ ਆ ਕਹਿੰਦਾ ਮੇਰੀ ਤਰਾਸ ਦੀ ਆ ਮੈਂ ਪਿੱਛੇ ਕੈਲਗਰੀ ਸਿੱਕ ਕਮਿਊਨਿਟੀ ਦੇ ਐਗਜ਼ੀਬਿਸ਼ਨ ਲਾ ਕੇ ਹੈ ਬਰਮਿੰਗਮ ਦੇ ਲਾ ਕੇ ਮੇਰੇ ਆਪਦੇ ਸ਼ਹਿਰ ਚ ਮੈਨੂੰ ਕੋਈ ਜਾਣਦਾ ਨਹੀਂ ਨਹੀਂ ਮੈਨੂੰ ਲੱਗਦਾ ਨਵਜੋਤ ਭਾਜੀ ਜਿਹੜੀਆਂ ਗੱਲਾਂ ਬਾਤਾਂ ਜੋ ਵੀ ਕਮ ਡੈਨੀਅਲ ਦਾ ਕਿ ਹੁਣ ਪ੍ਰਾਈਮੇਰੀ ਸ਼ਾ ਟੀਵੀ ਦੇ ਉੱਤੇ ਜਦੋਂ ਇਹ ਸਾਰੀ ਇਨਫੋਰਮੇਸ਼ਨ ਦੁਨੀਆ ਭਰ ਦੇ ਵਿੱਚ ਜਾਊਗੀ ਤਾਂ ਡੈਨੀਅਲ ਦੇ ਕੋਲੇ ਕੰਮ ਦੀ ਕਮੀ ਨਹੀਂ ਹੋਣੀ ਖਾਸ ਤੌਰ ਦੇ ਉੱਤੇ ਕਿਉਂਕਿ ਜਦੋਂ ਆਪਾਂ ਨਾਲ-ਨਾਲ ਹੁਣ ਡੈਨੀਅਲ ਦੀ ਗੱਲਬਾਤ ਦਿਖਾ ਵੀ ਰਹੇ ਹਾਂ ਤੇ ਝੱਗਾ ਵੀ ਨਹੀਂ ਪ੍ਰੈਸ ਕੀਤਾ ਮੈਂ ਤੁਹਾਨੂੰ ਨਹੀਂ ਨਹੀਂ ਉਹ ਤਾਂ ਫੱਕਰ ਬੰਦਾ ਜੀ ਜਿੰਨੀਆਂ ਉਹਦੀਆਂ ਪੜਾਈਆਂ ਕੀਤੀਆਂ ਹੋਈਆਂ ਨੇ ਜੀ ਕਿਸੇ ਸਕੂਲ ਦੇ ਵਿੱਚ ਕੋਈ ਪ੍ਰੋਟਰਬਨੈਂਟ ٹرسٹ ਦਾ ਮੇਨ ਫੋਕਸ ਕੀ ਸੀ ਬੜੀ ਵਾਰੀ ਮੈਂ ਵੀ ਗਿਆ 17 ਲੈ ਕੇ ਜਾਣੀਆਂ ਨੇ ਇੱਕ 7 6 7 ਮਿੰਟ ਜਿੰਨੇ ਲੱਗਦੇ ਡੈਨੀਅਲ ਨੇ ਸਾਨੂੰ ਦੱਸਿਆ ਵੀ ਜਿਹੜੇ ਨਾਨ ਸਿੱਖ ਦੇ ਦਸਤਾਰ ਬਣਣੇ ਉਹਨੂੰ ਸਿੱਖੀ ਬਾਰੇ ਦੱਸਣਾ ਬੰਦੇ ਬੰਦੇ ਪ੍ਰੈਜੈਂਟੇਸ਼ਨ ਇਹਨੇ ਦੱਸੀ ਅੰਗਰੇਜ਼ੀ ਵਿੱਚ ਬੋਲਣਾ ਆਹੀ ਆ ਹੂੰ ਬੰਦੇ ਹਨਾ ਫਿਰ ਜਿੱਦੇ ਕਿਤੇ ਬੋਲਿੰਗ ਹੁੰਦੀ ਹੈ It was really something that Hajit was already doing, and that was um, tying turbans on non Sikh people um, and using that as a way of starting conversations. So it wasn't just like, um, it's not fancy dress, it's not let's dress up as a Sikh, it's that feeling that when somebody puts their head in somebody else's hand and you're tying a turban, then there's a bonding going on. There's a lovely connection. So it was a great opportunity to talk about being different. So we, Hajid and I resonate a lot. We talk every couple of days. We uh, are great friends and we have for about 10 years. So we resonate a lot on the idea that one thing that Sikhi wants to do is dissolve differences. Especially those invisible differences between people. So we didn't want to just talk about turbans and the five K's or anything like that. We wanted to talk about what it means to stand out and be different. And I think that's a very powerful message. The idea of standing out and standing up um is you know a really powerful message of Siki. Um one thing I've learned about the turban is it, it is that it's not about saying "I'm better than you." It's not about saying "I'm more moral than you," or "I'm more religious than you," or "I'm better than you." And I think if people wear it for those reasons, they get found out very quickly. But what I find the turban says is we're all allowed to be different. And when people step out in Australia or Canada or wherever else wearing a turban, it says, I'm allowed to be different. I'm allowed to be myself. I'm allowed to respect my parents and my heritage. And it opens up a space for other people to do that as well. And I like that, that message, that really core message. <laughs> ਤੇ ਬੰਦਾ মিডিਏ ਦੇ ਸਾਹਮਣੇ ਹੁੰਦਾ ਫਿਰਲੇ 14 ਸਾਲਾਂ ਦੇ ਵਿੱਚ ਮੈਂ ਹਰ ਵਾਰੀ ਇਹਨੂੰ ਕਹਿੰਦਾ ਮੜਾ ਜਿਹਾ ਦੱਸ ਲੈਣ ਦੇ ਥੋੜਾ ਜਿਹਾ ਦੱਸ ਲੈਣ ਦੇ ਉਹ ਕਹਿੰਦਾ ਨਹੀਂ ਸਿੱਖੀ ਇੱਕ ਆਮ ਬਣਨ ਨੂੰ ਕਹਿੰਦੀ ਆਮ ਬਣ ਨਹੀਂ ਔਖਾ ਬਿਲਕੁਲ ਠੀਕ ਖਾਸ ਤਾਂ ਕਹਿੰਦਾ ਹਰੇਕ ਹੀ ਬਣ ਜਾਂਦਾ ਠੀਕ ਬਣ ਜਾਂਦਾ ਪਤਾ ਹੀ ਨਹੀਂ ਕਿੰਨੇ ਪ੍ਰੋਜੈਕਟਸ ਨੇ ਜਿਨ੍ਹਾਂ ਦਾ ਇਹ 파ਟ ਆ ਘਰ ਦੇ ਵਿੱਚ ਤੁਸੀਂ ਕੈਮਰਾ ਲੈ ਕੇ ਘੁੰਮ ਜਾਓ ਤੁਹਾਨੂੰ ਸਿੱਖੀ ਦੀ ਝਲਕ ਹਰ ਕਿਤੋਂ ਮਿਲਦੀ ਹੈ ਹਰ ਕਿਤੋਂ ਮਿਲਦੀ ਹੈ ਇਸ ਕਰਕੇ ਸਾਨੂੰ ਵੀ ਇਹ ਜਿਹੇ ਹੀਰਿਆਂ ਨੂੰ ਹੱਥਾਂ ਤੇ ਚੁੱਕਣਾ ਚਾਹੀਦਾ ਸਾਡੀਆਂ ਵੱਡੀਆਂ-ਵੱਡੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਤਾਂ ਪਤਾ ਉਹ ਤਾਂ ਐਪਰੀਸ਼ੀਏਟ ਕਰਦੇ ਨੇ ਹੁਣ ਕੇਨਜ਼ ਦੇ ਵਿੱਚ ਬਹੁਤ ਵੱਡਾ ਮੋਰੀਅਲ ਬਣਿਆ ਬਹੁਤ ਵੱਡਾ ਕੰਤ ਇਹਨਾਂ ਨੇ ਪੇਂਟਿੰਗ ਬਣਾਈ ਹੈ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਡੈਨੀਅਲ ਬੁਲਾਇਆ ਵੀ ਪੂਰੀ ਜਿਹੜਾ ਬਣਦਾ ਮਾਣ ਸਰਕਾਰ ਨਾਲ ਨਾ ਸੀ ਉਹ ਵੀ ਮਿਲਿਆ ਤੇ ਉੱਥੇ ਪੇਂਟਿੰਗ ਬਣਾ ਕੇ ਆਇਆ ਜਿਨ੍ਹਾਂ ਲੋਕਾਂ ਨੂੰ ਤਾਂ ਪਤਾ ਜੀ ਉਹ ਤਾਂ ਪੂਰੀ ਇੱਜ਼ਤ ਕਰਦੇ ਆ ਜੀ ਠੀਕ ਆ ਲੋਕਾਂ ਦੇ ਘਰਾਂ ਦੇ ਵਿੱਚ ਡੈਨੀਅਲ ਦੇ ਪੋਰਟਰੇਟ ਬਣ ਕੇ ਲੱਗੇ ਹੋਏ ਨੇ ਪਰ ਇਹ ਬਹੁਤ ਵੱਡੇ ਪੱਧਰ ਤੇ ਪਤਾ ਹੋਣਾ ਚਾਹੀਦਾ ਵੀ ਇਹ ਜਿਹੇ ਇਨਸਾਨਾਂ ਦੇ ਲੈਕਚਰ ਹੋਣੇ ਚਾਹੀਦੇ ਨੇ ਜੀ ਸਾਡੀਆਂ ਸੰਸਥਾਵਾਂ ਦੇ ਵਿੱਚ ਸਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਸਿੱਖੀ ਦਾ ਫਲਾ ਜਾਂ ਸਿੱਖੀ ਸਿਧਾਂਤਾਂ ਦਾ ਜਿਹੜਾ ਪਸਾਰਾ ਉਹ ਕਿੱਦਾਂ ਹੋਣਾ ਚਾਹੀਦਾ ਤੇ ਐਜ਼ ਅ ਮਾਈਗ੍ਰੈਂਟ ਸਾਡੇ ਕੀ ਫਰਜ਼ ਨੇ ਉਹ ਡੇਨੀਅਲ ਬਹੁਤ ਚੰਗੀ ਤਰ੍ਹਾਂ ਸਾਨੂੰ ਪਹਿਲੀ ਮੁਲਾਕਾਤ ਹੀ ਦੱਸ ਦਿੰਦਾ ਬਹੁਤ ਸ਼ੁਕਰੀਆ ਜੀ ਮੇਰ ਬਾਜੀ ਮੈਂ ਦੋ ਚੀਜ਼ਾਂ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦਾ ਕਿ ਮੈਂ ਅੱਜ ਡੇਨੀਅਲ ਕਾਰਨਲ ਨੂੰ ਪਹਿਲੀ ਵਾਰ ਮਿਲਿਆ ਮੈਂ ਫੇਰ ਇੱਕ ਵਾਰ ਦੁਹਰਾ ਦਿਆਂ ਦੁਨੀਆ ਭਰ ਦੇ ਵਿੱਚ ਤੁਸੀਂ ਇਸ ਵੇਲੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਆਸਟ੍ਰੇਲੀਆ ਦਾ ਸ਼ਹਿਰ ਐਡੀਲੇਟ ਐਡੀਲੇਟ ਦੇ ਵਿੱਚ ਅਸੀਂ ਡੇਨੀਅਲ ਕਾਰਨਲ ਦੇ ਘਰ ਬੈਠੇ ਹਾਂ ਤੇ ਘਰ ਦੇ ਵਿੱਚ ਇੱਕ ਵੀ ਚੀਜ਼ ਮੈਨੂੰ ਇਦਾਂ ਦੀ ਨਜ਼ਰ ਨਹੀਂ ਆਈ ਜਿਹਨੂੰ ਆਪਾਂ ਮਹਿੰਗੀ ਕਹੀ ਜਾ ਸਕੀਏ ਬਿਲਕੁਲ ਬੇਸਿਕ ਇੱਕ ਕਲਾਕਾਰ ਇੱਕ ਫਕਰ ਬੰਦੇ ਦਾ ਜਿੱਦਾਂ ਘਰ ਹੁੰਦਾ ਉਸੇ ਤਰੀਕੇ ਚਾਰੇ ਪਾਸੇ ਰੰਗ ਨੇ ਬਰਸ਼ ਨੇ ਕਿਤਾਬਾਂ ਨੇ ਤੇ ਉਹਦੇ ਵਿੱਚੋਂ ਬਹੁਤੀਆਂ ਜਿਹੜੀਆਂ ਉਹਦੀਆਂ ਕਲਾਕ੍ਰਿਤੀਆਂ ਨੇ ਉਹ ਵਿੱਚ ਸਿੱਖੀ ਝਲਕਦੀ ਹੈ ਉਹਦੇ ਵਿੱਚੋਂ ਪੰਜਾਬੀਅਤ ਝਲਕਦੀ ਹੈ ਦਸਤਾਰ ਦੇ ਲਈ ਇੱਕ ਗੈਰ ਪੰਜਾਬੀ ਤੇ ਗੈਰ ਸਿੱਖ ਹੋਣ ਦੇ ਬਾਵਜੂਦ ਵੀ ਜਿੰਨਾ ਕੰਮ ਕੀਤਾ ਦਸਤਾਰ ਦੇ ਲਈ ਇਹ ਨਹੀਂ ਕਿ ਦਸਤਾਰ ਨੂੰ ਉੱਚਾ ਦੱਸਣ ਦੇ ਲਈ ਕਿ ਸਿੱਖੀ ਦੇ ਸਿਧਾਂਤ ਕੀ ਨੇ ਦੂਸਰਿਆਂ ਲਈ ਕੰਮ ਕਰਨ ਦੀ ਇੱਛਾ ਕਿ ਦੂਸਰਿਆਂ ਦੇ ਲਈ ਕੰਮ ਕਿਵੇਂ ਕਰਨਾ ਹੈ ਦਸਬੰਧ ਕਿਵੇਂ ਕੱਢਣਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਆਮ ਬੰਦੇ ਦੀ ਗੱਲ ਕਰਦਾ ਬਾਬੇ ਨਾਨਕ ਦਾ ਜਿਹੜਾ ਕਿਰਤ ਦਾ ਸਿਧਾਂਤ ਸੀ ਉਹਨੂੰ ਅੱਗੇ ਫੈਲਾਉਣ ਦੇ ਲਈ ਕਿਉਂਕਿ ਪੰਜਾਬੀ ਜਿਹੜਾ ਬੰਦਾ ਜਾਣਦਾ ਉਹਨੂੰ ਤਾਂ ਪਤਾ ਹੈ ਗੈਰ ਪੰਜਾਬੀ ਲੋਕਾਂ ਨੂੰ ਨਹੀਂ ਪਤਾ ਤੇ ਉਹਦੇ ਕੋਲੇ ਅੰਗਰੇਜ਼ੀ ਤੇ ਸਮੇਤ ਕਈ ਭਾਸ਼ਾਵਾਂ ਦਾ ਤਜਰਬਾ ਤੇ ਉਹਨਾਂ ਤਜਰਬਿਆਂ ਦੇ ਨਾਲ ਦੁਨੀਆ ਦੇ ਦੂਸਰੇ ਲੋਕਾਂ ਤੱਕ ਜਿੰਨੀ ਇਸ ਸਪਿਰਿਟ ਨੂੰ ਇਸ ਭਾਵਨਾ ਨੂੰ ਡੇਨੀਅਲ ਨੇ ਪਛਾਇਆ ਮੈਨੂੰ ਵੀ ਲੱਗਦਾ ਕਿ ਉਹਦਾ ਦੇਣ ਨਹੀਂ ਦਿੱਤਾ ਜਾ ਸਕਦਾ ਅਸੀਂ ਉਹਨਾਂ ਦੀ ਵੈਬਸਾਈਟ ਉਹਨਾਂ ਦੀ ਈਮੇਲ ਉਹਨਾਂ ਦਾ ਟੈਲੀਫੋਨ ਨੰਬਰ ਸਾਰਾ ਕੁਝ ਜਿਹੜਾ ਉਹ ਲਿਖ ਕੇ ਨਾਲ-ਨਾਲ ਤੁਹਾਨੂੰ ਦਿਖਾ ਰਹੇ ਹਾਂ ਜ਼ਰੂਰ ਇਦਾਂ ਦੇ ਬੰਦਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦਹਾਕੇ ਜਿਹੜੇ ਨੇ ਕਿਸੇ ਦੂਸਰੇ ਭਾਈਚਾਰੇ ਕਿਸੇ ਦੂਸਰੀ ਕੌਮ ਦੇ ਲਈ ਲਾਤੇ ਉਹ ਇਕੱਲਾ ਸਿੱਖਾਂ ਜਾਂ ਪੰਜਾਬੀ ਨਾਲ ਮਨੁੱਖਤਾ ਲਈ ਕੰਮ ਕਰਨ ਵਾਲਾ ਬੰਦਾ ਉਹਦੇ ਘਰ ਦੇ ਦਰਵਾਜ਼ੇ ਹਮੇਸ਼ਾ ਜਿਹੜੇ ਉਹ ਖੁੱਲੇ ਹੁੰਦੇ ਆ ਸੋ ਅਸੀਂ ਜ਼ਰੂਰ ਆਸ ਤੇ ਉਮੀਦ ਕਰਦੇ ਹਾਂ ਕਿ ਸਾਡੇ ਤੇ ਯਕੀਨ ਕਰਨ ਦੀ ਲੋੜ ਨਹੀਂ ਤੁਸੀਂ ਆਪ ਖੁਦ ਖੋਜ ਕਰੋ ਖੁਦ ਸਰਚ ਕਰੋ ਪਰ ਘੱਟੋ ਘੱਟ ਜੇ ਕਿਸੇ ਬੰਦੇ ਨੇ ਕੰਮ ਕੀਤਾ ਤੇ ਉਹਨੂੰ ਮਾਨਤਾ ਮਿਲਣੀ ਚਾਹੀਦੀ ਹੈ ਆਸਟ੍ਰੇਲੀਆ ਦੇ ਵਿੱਚ ਜਿਹੜੇ ਬਾਹਰਲੇ ਮੁਲਕਾਂ ਤੋਂ ਲੋਕ ਆਏ ਨੇ ਅਸੀਂ ਕਿਰਤ ਕਰਨ ਆਏ ਨਾ ਦੇਸ਼ਾਂ ਦੇ ਵਿੱਚ ਉਹਨਾਂ ਦੇ ਲਈ ਜਿਸ ਤਰੀਕੇ ਖੜਦਾ ਪੰਜਾਬ ਚ ਬਹੁਤ ਸਾਰੇ ਬੰਦੇ ਕਿਰਤ ਕਰਨ ਆਉਂਦੇ ਅਸੀਂ ਕਿੰਨਾ ਕੋਨਾਂ ਦੇ ਲਈ ਖੜਦੇ ਆ ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਦੇ ਲਈ ਖੜਨਾ ਕਿੰਨਾ ਔਖਾ ਪਰ ਇਹ ਬੰਦਾ ਖੜਿਆ ਇਸ ਥਾਂ ਦੇ ਉੱਤੇ ਆ ਕੇ ਖੜਿਆ ਤੇ ਡਟ ਕੇ ਖੜਿਆ ਤੇ ਇਹਦੇ ਨਾਲ ਡਟ ਕੇ ਖੜਨ ਦੀ ਜਿਹੜੀ ਲੋੜ ਕਿਤਨਾ ਕਿਤੇ ਮਹਿਸੂਸ ਹੁੰਦੀ ਹੈ ਮੈਂ ਤੁਹਾਡੀਆਂ ਟਿੱਪਣੀਆਂ ਤੁਹਾਡੇ ਹੰਗਾਰੇ ਤੁਹਾਡੇ ਸਵਾਲ ਜੋ ਵੀ ਹੈ ਸਾਰਿਆਂ ਦਾ ਆਪ ਭਰਪੂਰ ਆਪਣੇ ਦਿਲੋਂ ਜਿਹੜਾ ਇੰਤਜ਼ਾਰ ਕਰੂੰਗਾ ਤੇ ਉਹਦੇ ਤੋਂ ਬਾਅਦ ਜੇ ਤੁਹਾਡਾ ਜੀ ਕਰਦਾ ਹੋਇਆ ਤੇ ਅਸੀਂ ਅਗਲੀ ਵੀ ਕੋਈ ਨਾ ਕੋਈ ਗੱਲਬਾਤ ਜਿਹੜੀ ਉਹਨਾਂ ਦੇ ਸਬੰਧ ਵਿੱਚ ਕਰ ਲਾਂਗੇ ਸੋ ਨਵਜੋਤ ਸਿੰਘ ਕੈਲੇ ਸਾਬ ਨੂੰ ਤੇ ਮੈਨੂੰ ਪਰਮੇਸ਼ਰ ਸਿੰਘ ਬਾਠ ਨੂੰ ਡੇਨੀਅਨ ਕਾਰਨਲ ਦੇ ਘਰੋਂ ਸ਼ਹਿਰ ਐਡੀਲੇਡ ਆਸਟ੍ਰੇਲੀਆ ਦੇ ਵਿੱਚੋਂ ਦਿਓ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ